ਸਤ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਦਵਾਨ ਕਹਿੰਦਾ, ਘੜੀ ਘੜੀ ਵਿੱਚ ਲੱਖਾਂ ਦਾ ਫੇਰ ਹੁੰਦਾ, ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਆ ਗੁੱਟ ਤੇ ਟਾਈਮ ਦੱਸੇ, ਇੱਕ ਮਿਲਦੀਆਂ ਪਾਸ ਘੁਮਿਆਰ ਘੜੀਆਂ। ਇੱਕ ਘੜੀ ਵਿਛੋੜਦੀ ਸੱਜਣਾ ਨੂੰ, ਇੱਕ ਘੜੀ ਮਿਲਾਉਂਦੀ ਏ ਯਾਰ ਘੜੀਆਂ। ਐ ਪਰਿਆਸ ਸੁਲੱਖਣੀ ਘੜੀ ਉੱਤੋਂ ਵਾਰਦਿਆਂ ਮੈਂ ਲੱਖ ਹਜ਼ਾਰ ਘੜੀਆਂ। ਜਦੋਂ ਤੋਂ ਕੁਦਰਤ ਨੇ ਸ੍ਰਿਸ਼ਟੀ ਬਣਾਈ ਹੈ, ਉਦੋਂ ਤੋਂ ਹੀ ਸੰਸਾਰ ਦੇ ਭਲੇ ਵਾਸਤੇ ਪੀਰ ਪੈਗੰਬਰ ਨਵੀਂ ਅਵਤਾਰ ਆਉਲੀਏ ਸਾਧੂ ਸੰਤ ਮਹਾਤਮਾ ਆਉਂਦੇ ਰਹੇ ਨੇ। ਪਰ ਗ੍ਰਸਤ ਨੂੰ ਜਿੰਨਾ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਦੇ ਘਰ ਨੇ ਵਡਿਆਇਆ, ਕਿਸੇ ਹੋਰ ਨੇ ਨਹੀਂ ਵਡਿਆਇਆ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ। ਉਹ ਕਹਿੰਦੇ ਨੇ, ਜੈਸੇ ਸਰ ਸਰਤਾ ਸਕਲ ਮੇ ਸਮੁੰਦਰ ਵੱਡੋ, ਮੇਰ ਮੇ ਸੁਮੇਰ ਵੱਡੋ, ਜਗਤ ਬਖਾਨ ਹੈ ਗਿਆਨਨ ਮੈਂ ਗਿਆਨ, ਔਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਡੇ ਸਾਰੇ ਸਤਿਗੁਰੂ ਜੀ ਗ੍ਰਸਤੀ ਹੋਏ ਆ। ਅੱਠਵੇਂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ, ਕਿਉਂਕਿ ਬਚਪਨ ਦੇ ਅੰਦਰ ਹੀ ਜੋਤ ਜੋਤ ਦੇ ਵਿੱਚ ਰਲਾ ਦਿੱਤੀ। ਬਾਕੀ ਸਾਰੇ ਸਤਿਗੁਰੂ ਸਹਿਬਾਨ ਉਹਨਾਂ ਦੇ ਆਨੰਦ ਕਾਰਜ ਹੋਏ ਨੇ, ਔਰ ਉਹਨਾਂ ਨੇ ਸਿਰਫ ਗ੍ਰਸਤ ਨੂੰ ਵਡਿਆਇਆ ਹੀ ਨਹੀਂ, ਗ੍ਰਸਤ ਨੂੰ ਅਪਣਾਇਆ ਵੀ ਹੈ। ਲਓ ਜੀ, ਮੈਂ ਜ਼ਿਕਰ ਕਰਨ ਲੱਗਾ ਸੰਨ 1677 ਦੀ ਵੈਸਾਖੀ। ਆਨੰਦਪੁਰ ਸਾਹਿਬ ਦੀ ਧਰਤੀ ਹੈ, ਸੁੰਦਰ ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਦੇ ਅੰਦਰ ਜਗਤ ਮਾਤਾ ਮਾਤਾ ਗੁਜਰੀ ਜੀ, ਜਿਹੜੀ ਮਾਂ ਵਰਗੀ ਦੁਨੀਆਂ ਉੱਤੇ ਮਾਂ ਹੈ ਨੀ। ਇੱਕ ਵਿਦਵਾਨ ਕਹਿੰਦਾ, ਓਏ ਮਹਾਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਮਾਂ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਉਹ ਮਾਤਾ ਗੁਜਰੀ ਜੀ ਭਰੇ ਦੀਵਾਨ ਦੇ ਵਿੱਚ ਆ ਕੇ ਖੜ ਗਏ, ਬੁਲਾਇਆ ਆਪਣੇ ਭਰਾ ਮਾਮਾ ਕਿਰਪਾਲ ਜੀ ਨੂੰ ਕੋਲ ਕੋਲ ਬੁਲਾ ਕੇ, ਜੋ ਦਿਲ ਦੇ ਵਿੱਚ ਚਾਉ ਹੈ, ਦਿਲ ਦੇ ਵਿੱਚ ਅਮਾਉ ਹੈ, ਦਿਲ ਦੇ ਵਿੱਚ ਸਦਰਾਂ ਨੇ, ਆਪਣੇ ਭਰਾ ਨਾਲ ਸਾਂਝੀਆਂ ਕਰਕੇ ਗੋਬਿੰਦ ਜੀ ਲਈ ਵਰ ਚੁਣ ਲਈ, ਕੁਝ ਇਉਂ ਕਹਿ ਰਹੇ ਆ ਜੀ।
ਤੇ ਮਾਤਾ ਜੀ ਦੀ ਜੋ ਆਪਸ ਦੇ ਵਿੱਚ ਗੱਲਬਾਤ ਹੋਈ ਸਤਿਗੁਰਾਂ ਵੀ ਸੁਣ ਲਈ ਤੇ ਕੋਲ ਆ ਗਏ। ਕਹਿਣ ਲੱਗੇ ਅੰਮੀ ਜੀ ਬੜੇ ਕਾਲੇ ਪੈ ਰਹੇ ਹੋ ਸਾਡੇ ਵਿਆਹ ਦੇ ਲਈ ਸਾਡੇ ਆਨੰਦ ਕਾਰਜਾਂ ਦੇ ਲਈ। ਮਾਤਾ ਗੁਜਰੀ ਜੀ ਕਹਿਣ ਲੱਗੇ ਲਾਲ ਜੀ ਹਰ ਮਾਂ ਦੇ ਦਿਲ ਦੇ ਵਿੱਚ ਸਦਰਾਂ ਹੁੰਦੀਆਂ ਨੇ ਚਾਹ ਹੁੰਦੇ ਨੇ ਕਿ ਮੈਂ ਵੀ ਆਪਣੇ ਪੁੱਤਰ ਦਾ ਆਨੰਦ ਕਾਰਜ ਜਲਦੀ ਤੋਂ ਜਲਦੀ ਕਰਾਂ। ਲਾਲ ਜੀ ਮੈਨੂੰ ਇਕੱਲਾਪਨ ਮਹਿਸੂਸ ਹੋ ਰਿਹਾ। ਲਾਲ ਜੀ ਤੁਹਾਡੇ ਪਿਤਾ ਦੇ ਜਾਣ ਤੋਂ ਬਾਅਦ ਅਨੰਦਪੁਰ ਦੇ ਵਿੱਚ ਕੋਈ ਵੱਡੀ ਖੁਸ਼ੀ ਨਹੀਂ ਮਨਾਈ ਗਈ, ਮੈਨੂੰ ਉਹ ਖੁਸ਼ੀ ਵਿਖਾਓ। ਸਤਿਗੁਰੂ ਕਹਿਣ ਲੱਗੇ ਮਾਂ ਤੂੰ ਸੱਚ ਆਖਿਆ, ਪਿਤਾ ਜੀ ਨੂੰ ਹਾਲੇ ਗਿਆ ਬਹੁਤਾ ਸਮਾਂ ਨਹੀਂ ਹੋਇਆ, ਅਮੜੀਏ ਮੇਰੇ ਦਿਲ ਦੇ ਵਿੱਚ ਕੁਝ ਸਦਰਾਂ ਨੇ ਕੁਝ ਅਰਮਾਨ ਨੇ, ਮੈਂ ਇਸ ਦੇਸ਼ ਦੇ ਵਿੱਚ ਇੱਕ ਵੱਡਾ ਇਨਕਲਾਬ ਲੈ ਕੇ ਆਉਣਾ ਚਾਹੁੰਦਾ ਹਾਂ, ਮੈਂ ਬਦਲਾਂਗਾ ਇਹ ਦੁਨੀਆ ਦੇ ਕੁੱਲ ਹਾਲਾਤ ਬਦਲਾਂਗਾ, ਉਹ ਮੈਂ ਚਿੱਟਾ ਦਿਨ ਚੜਾਉਂਗਾ ਤੇ ਕਾਲੀ ਰਾਤ ਬਦਲਾਂਗਾ। ਮਾਂ ਮੈਂ ਬੁਜ਼ਦਿਲਾਂ ਨੂੰ ਵੀਰ ਦਿਲ ਬਣਾਵਾਂਗਾ, ਮੈਂ ਸੰਤਾਂ ਨੂੰ ਸੰਤ ਸਿਪਾਹੀ ਬਣਾਵਾਂਗਾ, ਬੇਗੈਰਤਾਂ ਦੇ ਅਣਖ ਦੇ ਟੀਕੇ ਲਾ ਕੇ ਉਹ ਤੇਗਾਂ ਉੱਤੇ ਨੱਚਣਾ ਸਿਖਾਵਾਂਗਾ। ਮਾਂ ਕਹਿਣ ਲੱਗੀ ਲਾਲ ਜੀ ਠੀਕ ਏ, ਪਰ ਤੁਹਾਡੇ ਪਿਤਾ ਜੀ ਜਾਣ ਲੱਗੇ ਕਹਿ ਕੇ ਗਏ ਸੀ ਗੁਜਰੀ, ਵੇਖੀ ਕਿਤੇ ਇੰਤਜ਼ਾਰਾਂ ਹੀ ਨਾ ਕਰਦੀ ਰਵੀ, ਮੇਰੇ ਲਾਲ ਦਾ ਆਨੰਦ ਕਾਰਜ ਜਲਦੀ ਕਰ ਦਿਓ। ਕਿਉਂ? ਕਿਉਂਕਿ ਇਹਨਾਂ ਨੇ ਤੇ ਇਹਨਾਂ ਦੀ ਔਲਾਦ ਨੇ ਦੁਨੀਆ ਦੇ ਉੱਤੇ ਜੋ ਕੁਝ ਕਰਕੇ ਵਿਖਾਉਣਾ ਉਹਦੇ ਲਈ ਸਮਾਂ ਬੜਾ ਘੱਟ, ਅੱਗੇ ਤੁਸਾਂ ਦੀ ਮਰਜ਼ੀ। ਕਹਿਣ ਲੱਗੇ ਠੀਕ ਹੈ ਮਾਂ, ਜੇ ਤੇਰੇ ਦਿਲ ਦੇ ਵਿੱਚ ਇਹੀ ਹੈ ਕਿ ਆਨੰਦ ਕਾਰਜ ਜਲਦੀ ਹੋਵੇ, ਜਿਵੇਂ ਤੁਸਾਂ ਦੀ ਮਰਜ਼ੀ, ਐਲਾਨ ਕਰਵਾ ਦਿਓ। ਲਓ ਜੀ ਮਾਮਾ ਕਿਰਪਾਲ ਜੀ ਉੱਠ ਕੇ ਹੋ ਗਏ ਖੜੇ, ਮਾਮਿਆਂ ਨਾਲੋਂ ਕਿਹਨੂੰ ਵੱਧ ਚਾਹ ਹੁੰਦਾ ਭਣੇਵੇ ਦੇ ਵਿਆਹ ਦਾ, ਤੇ ਮਾਮਾ ਜੀ ਵੀ ਮਾਮਾ ਕਿਰਪਾਲ ਜੀ ਜਿਹਨਾਂ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਕਲਗੀਆਂ ਵਾਲੇ ਨੂੰ ਪਹਿਲੇ ਦਿਨ ਤੋਂ ਲੈ ਕੇ ਖੜਾਇਆ ਸੀ। ਮਾਮਾ ਕਿਰਪਾਲ ਜੀ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਜੀਓ, ਸਾਰੇ ਹੀ ਬੜੇ ਪਿਆਰ ਨਾਲ ਜੋ ਮੈਂ ਕਹਿਣ ਜਾ ਰਿਹਾ ਸੁਣਿਓ। ਸੰਗਤ ਜੀ ਅੱਜ ਗੋਬਿੰਦ ਜੀ ਦੇ ਲਈ ਜੋਗ ਵਰ ਚੁਣਿਆ ਜਾਵੇਗਾ, ਗੋਬਿੰਦ ਜੀ ਦੇ ਲਈ ਅੱਜ ਉਸ ਲੜਕੀ ਨੂੰ ਚੁਣਿਆ ਜਾਵੇਗਾ ਜੋ ਮਾਤਾ ਗੁਜਰੀ ਜੀ ਦੀ ਸੇਵਾ ਕਰੇਗੀ, ਟਹਿਲ ਕਰੇਗੀ। ਅੱਜ ਗੋਬਿੰਦ ਜੀ ਦਾ ਰਿਸ਼ਤਾ ਕੀਤਾ ਜਾਵੇਗਾ। ਉੱਠੋ ਕੋਈ ਗੁਰੂ ਕਾ ਪਿਆਰਾ, ਆਪਣੀ ਲੜਕੀ ਦਾ ਰਿਸ਼ਤਾ ਦੇਵੋ। ਕੋਈ ਅਮੀਰੀ ਗਰੀਬੀ ਦਾ ਵਾਹ ਵਾਸਤਾ ਨਹੀਂ, ਕੋਈ ਜ਼ਾਤ ਪਾਤ ਦਾ ਬੰਧਨ ਨਹੀਂ। ਹਾਂ ਲੜਕੀ ਸੂਰਤ ਵਾਲੀ ਵੀ ਤੇ ਸੀਰਤ ਵਾਲੀ ਹੋਣੀ ਚਾਹੀਦੀ ਏ, ਸੱਚੇ ਪਾਤਸ਼ਾਹ ਦੇ ਜੋਗ ਹੋਣੀ ਚਾਹੀਦੀ। ਜਦੋਂ ਇਹ ਐਲਾਨ ਸਾਰੀ ਸੰਗਤ ਨੇ ਸੁਣਿਆ, ਹਰ ਕੋਈ ਚਾਹੁੰਦਾ ਵੀ ਇਹ ਰਿਸ਼ਤਾ ਮੇਰੇ ਨਾਲ ਜੁੜ ਜਾਏ। ਪਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਏ, ਸੰਜੋਗ ਵਿਜੋਗ ਧੁਰੋਂ ਹੀ ਹੋਏ, ਨਾ ਕੋਈ ਧੱਕੇ ਨਾਲ ਮਿਲਦਾ ਤੇ ਨਾ ਕੋਈ ਵਿਛੜਦਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਾਇਆ ਸੰਜੋਗ। ਜਿਨ੍ਹਾਂ ਦਾ ਧੁਰ ਤੋਂ ਲਿਖਿਆ ਹੋਵੇ ਉਹਨਾਂ ਦਾ ਹੀ ਮੇਲ ਹੁੰਦਾ। ਹੁਣ ਸਾਰੇ ਚੁੱਪ ਨੇ, ਇੱਕ ਬਜ਼ੁਰਗ ਉੱਠਿਆ ਜਿਹਦੇ ਸੀਸ ਦੇ ਉੱਤੇ ਸੁੰਦਰ ਚਿੱਟੀ ਦਸਤਾਰ ਸਜੀ ਹੋਈ ਏ, ਜਿਹਦੇ ਗਲ ਦੇ ਵਿੱਚ ਚਿੱਟਾ ਹਜ਼ੂਰੀਆ, ਪੋਲੇ ਪੋਲੇ ਹੌਲੇ ਹੌਲੇ ਪੱਬ ਧਰਦਾ ਆ ਕੇ ਸਤਿਗੁਰੂ ਜੀ ਦੇ ਅੱਗੇ ਖੜ ਗਿਆ, ਹੱਥ ਜੋੜ ਕੇ ਅਧੀਨਗੀ ਦੇ ਨਾਲ ਬੜੀ ਨਿਮਰਤਾ ਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਲੈਣ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਜੀ।
ਦਸ ਜੀ ਹੱਥ ਜੋੜ ਕੇ ਸਿਰ ਚੁਕਾ ਕੇ ਖੜੇ ਨੇ। ਸਤਿਗੁਰੂ ਕਹਿੰਦੇ ਕੁਝ ਬੋਲਦੇ ਕਿਉਂ ਨਹੀਂ? ਸਹਿਬਾ ਮੈਂ ਕੀ ਬੋਲਾਂ, ਮੈਂ ਅਦਨਾ, ਮੈਂ ਗਰੀਬੜਾ ਜਿਹਾ ਆਪ ਜੀ ਦਾ ਸਿੱਖ। ਕਲਗੀਆਂ ਵਾਲਿਆ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਗੱਲ ਵੱਡੀ ਹੈ ਤੇ ਮੇਰਾ ਮੂੰਹ ਛੋਟਾ ਹੈ। ਸਤਿਗੁਰੂ ਕਹਿਣ ਲੱਗੇ ਕਹੋ ਨਿਸੰਗ ਨਿਚੱਕ ਹੋ ਕੇ ਕਹੋ। ਜਦੋਂ ਸਤਿਗੁਰੂ ਜੀ ਨੇ ਇਹ ਗੱਲ ਆਖੀ ਕਹਿਣ ਲੱਗੇ ਸਾਹਿਬ ਜੀ ਮੇਰਾ ਨਾਮ ਹੈ ਹਰਜਸ, ਸੁਭਿੱਖੀ ਖੱਤਰੀ ਲਾਹੌਰ ਦੇ ਰਹਿਣ ਵਾਲਾ ਹਾਂ। ਸਾਹਿਬ ਜੀ ਮੇਰੀ ਬੱਚੀ ਹੈ ਜੀਤੋ, ਬੜੀ ਪਿਆਰੀ ਰੂਹ ਏ ਦਤਾਰ ਜੀ, ਬਚਪਨ ਤੋਂ ਹੀ ਬੰਦਗੀ ਕਰਦੀ ਏ। ਸੱਚੇ ਪਾਤਸ਼ਾਹੋ ਅਗਰ ਮੇਰੀ ਲੜਕੀ ਦਾ ਆਪ ਜੀ ਰਿਸ਼ਤਾ ਪ੍ਰਵਾਨ ਕਰ ਲਵੋ ਨਾ ਤੇ ਮੇਰੇ ਨਾਲੋਂ ਵਡਭਾਗਾ ਕੋਈ ਨਹੀਂ ਹੋਵੇਗਾ। ਸਤਿਗੁਰੂ ਕਹਿਣ ਲੱਗੇ ਠੀਕ ਏ, ਰਿਸ਼ਤਾ ਪ੍ਰਵਾਨ ਕਰ ਲਵਾਂਗੇ। ਆਪ ਜੀ ਨੇ ਪਹਿਲਾਂ ਵੀ ਰਿਸ਼ਤੇ ਲਈ ਕੋਈ ਗੱਲਬਾਤ ਕੀਤੀ ਸੀ? ਹਾਂ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ। ਸਤਿਗੁਰੂ ਕਹਿੰਦੇ ਫਿਰ ਕੀ ਹੋਇਆ ਸਾਹਿਬ ਜੀ? ਸਤਿਗੁਰੂ ਕਹਿਣ ਲੱਗੇ ਉਹ ਹਰਜਸ, ਤੂੰ ਵਿਆਹ ਦੀਆਂ ਗੱਲਾਂ ਕਰਦਾ, ਇੱਥੇ ਤੇ ਸ਼ਹੀਦੀਆਂ ਪਾਉਣ ਦੇ ਵਕਤ ਨੇ। ਸਾਹਿਬ ਜੀ ਉਹਨਾਂ ਆਖਿਆ ਸੀ ਸਮਾਂ ਆਵੇਗਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰੀ, ਤੇਰਾ ਰਿਸ਼ਤਾ ਪ੍ਰਵਾਨ ਹੀ ਹੈ। ਦਾਤਾਰ ਜੀ ਇਸ ਗਰੀਬ ਦਾ ਰਿਸ਼ਤਾ ਪ੍ਰਵਾਨ ਹੈ ਆਪ ਜੀ ਨੂੰ? ਸਤਿਗੁਰੂ ਕਹਿਣ ਲੱਗੇ ਬਾਕੀ ਗੱਲਾਂ ਤੇ ਠੀਕ, ਮੁੜ ਮੁੜ ਕੇ ਇਹ ਕਿਉਂ ਕਹਿੰਦੇ ਹੋ ਮੈਂ ਗਰੀਬ, ਮੈਂ ਗਰੀਬ, ਮੈਂ ਗਰੀਬ? ਸਾਹਿਬ ਜੀ ਧੀਆਂ ਦੇ ਮਾਪੇ ਗਰੀਬ ਹੀ ਹੁੰਦੇ। ਮਹਾਰਾਜ ਕਹਿਣ ਲੱਗੇ ਨਹੀਂ, ਇਸ ਦੇਸ਼ ਦੇ ਜਿੰਨੇ ਗ੍ਰੰਥ ਨੇ ਉਹਨਾਂ ਸਾਰਿਆਂ ਵਿੱਚ ਇਹ ਗੱਲ ਲਿਖੀ ਹੋਈ ਹੈ। ਦੁਨੀਆਂ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਦਾਨ ਹੈ ਨਾ ਤੇ ਉਹ ਕੰਨਿਆ ਦਾਨ ਹੈ। ਜਿਹੜਾ ਦਾਨ ਕਰਦਾ ਉਹ ਕੀ ਹੁੰਦਾ? ਉਹ ਤੇ ਦਾਨੀ ਹੁੰਦਾ ਨਾ, ਬਲਕਿ ਜਿਹੜਾ ਵੱਡਾ ਦਾਨ ਕਰੇ ਮਹਾਦਾਨੀ। ਤੂੰ ਮਹਾਦਾਨੀ ਏ। ਉਹ ਜਿਹੜਾ ਦਾਨ ਕਰਦਾ ਉਸਦਾ ਹੱਥ ਉੱਪਰ ਹੁੰਦਾ ਤੇ ਜਿਹੜਾ ਦਾਨ ਲੈਣ ਜਾਂਦਾ ਉਹਦਾ ਹੱਥ ਨੀਚੇ ਹੁੰਦਾ। ਅਸੀਂ ਦਾਨ ਲੈਣ ਆਵਾਂਗੇ, ਤੂੰ ਸਾਡੀ ਝੋਲੀ ਦੇ ਵਿੱਚ ਖੈਰ ਪਾ ਦੇ। ਹਰਜਸ ਜਾਰੋ ਜਾਰ ਰੋ ਪਿਆ। ਇਹ ਖੁਸ਼ੀ ਦੇ ਹੰਝੂ ਸਨ, ਇਹ ਪਿਆਰ ਦੇ ਹੰਝੂ ਸਨ। ਰੋਂਦਾ ਹੋਇਆ ਕਹਿੰਦਾ ਕਲਗੀਆਂ ਵਾਲਿਆ ਤੂੰ ਗਰੀਬ ਨਿਵਾਸ ਏ, ਕਿਉਂਕਿ ਤੂੰ ਮੇਰੇ ਵਰਗੇ ਗਰੀਬਾਂ ਨੂੰ ਨਿਵਾਸ ਦਾ ਏ। ਸਹਿਬਾ ਮੈਂ ਕਦੇ ਵੀ ਆਪ ਜੀ ਦਾ ਦੇਣ ਨਹੀਂ ਦੇ ਸਕਦਾ। ਦਤਾਰ ਜੀ ਅਗਰ ਰਿਸ਼ਤਾ ਪ੍ਰਵਾਨ ਹੈ ਫਿਰ ਲੱਗਦੇ ਹੱਥ ਇਹ ਵੀ ਦੱਸ ਹੀ ਦੇਵੋ ਨਾ, ਆਪ ਜੀ ਜੰਜ ਲੈ ਕੇ ਲਾਹੌਰ ਕਦੋਂ ਆਵੋਗੇ? ਜਦੋਂ ਸੁਣਿਆ ਮਹਾਰਾਜ ਜੀ ਨੇ ਲਾਹੌਰ ਦਾ ਨਾਮ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕਹੇ ਹੋਏ ਬਚਨ ਬੋਲ ਯਾਦ ਆ ਗਏ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਅੰਮ੍ਰਿਤ ਵੇਲੇ ਵੀ ਜਿੱਥੇ ਜ਼ੁਲਮ ਹੁੰਦਾ ਸੀ, ਸਾਹਿਬਾਂ ਨੇ ਤੱਕਿਆ ਤੇ ਗੱਲ ਆਖੀ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਲਾਹੌਰ ਹੋਇਆ। 7 ਸਾਲ ਦੇ ਸਨ, ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ। ਲਾਹੌਰ ਵਿੱਚ ਰਹਿਣ ਵਾਲੇ ਉਹਨਾਂ ਦੇ ਸ਼ਰੀਕੇ ਭਾਈਚਾਰੇ ਦੇ ਲੋਕਾਂ ਨੇ ਖੁਸ਼ੀਆਂ ਮਨਾਈਆਂ। ਕਹਿਣ ਲੱਗੇ ਯਤੀਮ ਹੋ ਗਿਆ, ਇਹ ਨਿਆਸਰਾ ਹੋ ਗਿਆ, ਇਹਦਾ ਸਾਰਾ ਕੁਝ ਅਸੀਂ ਸਾਂਭਾਂਗੇ, ਕਿਉਂਕਿ ਇਹਨੂੰ ਤੇ ਇਹਦੀ ਨਾਨੀ ਲੈ ਚੱਲੀਏ। ਪਰ ਨਹੀਂ ਜਾਣਦੇ ਸੀ ਜਿਹਨੂੰ ਨਿਆਸਰਾ ਕਹਿੰਦੇ ਹਾਂ, ਯਤੀਮ ਕਹਿੰਦੇ ਹਾਂ, ਇਹ ਲੱਖਾਂ ਨਿਆਸਰਿਆਂ ਦਾ ਆਸਰਾ ਹੋਵੇਗਾ। ਲੱਖਾਂ ਯਤੀਮ ਇਹਦੇ ਲੰਗਰ ਚੋਂ ਪ੍ਰਸ਼ਾਦਾ ਛਕਿਆ ਕਰਨਗੇ। ਪਰ ਲਾਹੌਰ ਵਾਲਿਆਂ ਘੱਟ ਨਹੀਂ ਕੀਤੀ, ਪੰਜਵਾਂ ਜਾਮਾ ਤੱਤੀਆਂ ਤਵੀਆਂ ਤੇ ਬਿਠਾਇਆ, ਰਿੱਝ ਦੀਆਂ ਦੇਗਾਂ ਚੋਂ ਬਾਲਿਆ, ਸੀਸ ਤੇ ਤੱਤੀ ਰੇਤਾ ਪਾਈ। ਜਦੋਂ ਇਹ ਅੱਖਾਂ ਦੇ ਅੱਗਿਓਂ ਸੀਨ ਲੰਘ ਗਏ ਨਾ, ਮਹਾਰਾਜ ਕਹਿੰਦੇ ਨਾ ਓਏ ਪਿਆਰਿਆ, ਜੰਜ ਲਾਹੌਰ ਨਹੀਂ ਆ ਸਕਦੀ। ਹਰਜਸ ਘਬਰਾ ਗਿਆ, ਹੱਥ ਜੋੜ ਕੇ ਸ਼ਮ ਸ਼ਮ ਨੇਤਰਾਂ ਚੋਂ ਜਲ ਵਹਾਉਂਦਾ ਕਹਿਣ ਲੱਗਾ ਸਾਹਿਬਾ ਵੇਖੀ ਇੱਕਦਮ ਹੁਣੇ ਖੁਸ਼ੀਆਂ ਦੇ ਕੇ ਕਿਤੇ ਖੋ ਨਾ ਲਈ। ਕਲਗੀਆਂ ਵਾਲਿਆ ਇਸ ਗਰੀਬ ਤੇ ਤਰਸ ਕਰੀ, ਮਹਾਰਾਜ ਇਹ ਰਿਸ਼ਤਾ ਆਪ ਜੀ ਪ੍ਰਵਾਨ ਹੀ ਰੱਖਿਓ, ਕਿਤੇ ਰਿਸ਼ਤੇ ਤੋਂ ਨਾ ਕਰ ਦਿਓ। ਸਤਿਗੁਰੂ ਕਹਿਣ ਲੱਗੇ ਹਰਜਸ ਜੀ ਗਿਰੇ ਆਸਮਾਨ ਨੀਚੇ, ਜ਼ਮੀਨ ਉਲਟੀ ਪਲਟ ਜਾਏ, ਖੁਰਸ਼ੀਦ ਆਪਣੀ ਜਗ੍ਹਾ ਛੋੜੇ, ਓਹੀਆ ਕਮਰ ਹਟ ਜਾਏ, ਸਮੁੰਦਰ ਆਪਣੀ ਹਸਤੀ ਲੈ ਕੇ ਕੁੱਜਾਂ ਮੇ ਸਿਮਟ ਜਾਏ, ਮੁਲਕ ਬਦਲੇ, ਮਲਕ ਬਦਲੇ, ਜ਼ਮੀਨੋ ਆਸਮਾਂ ਬਦਲੇ, ਮਗਰ ਯੇ ਮੁਮਕਿਨ ਨਹੀਂ ਕਿ ਏਕ ਗੁਰਸਿੱਖ ਕੀ ਜ਼ੁਬਾਨ ਬਦਲੇ। ਕਹਿੰਦੇ ਜੰਜ ਜਾਵੇਗੀ, ਜਾਵੇਗੀ ਵੀ ਲਾਹੌਰ, ਪਰ ਉਹ ਜ਼ਹਿਰ ਕਹਿਰ ਵਾਲਾ ਲਾਹੌਰ ਨਹੀਂ, ਉਹ ਗੁਰੂ ਕਾ ਲਾਹੌਰ ਹੋਵੇਗਾ।
ਤੁਸੀਂ ਜਾਣੋ ਪਰ ਸਾਨੂੰ ਦੱਸ ਦਿਓ ਇਹ ਗੁਰੂ ਕਾ ਲਾਹੌਰ ਕਿੱਥੇ ਹੈ ਤਾਂ ਕਿ ਅਸੀਂ ਰਿਸ਼ਤੇਦਾਰ ਸਾਕ ਸੰਬੰਧੀ ਲੈ ਕੇ ਉੱਥੇ ਪਹੁੰਚ ਜਾਈਏ। ਮਹਾਰਾਜ ਕਹਿਣ ਲੱਗੇ ਅਸੀਂ ਉਸ ਨੂੰ ਵਸਾ ਦੇਵਾਂਗੇ। ਸਾਹਿਬ ਜੀ ਇਤਨੀ ਜਲਦੀ ਨਵਾਂ ਸ਼ਹਿਰ ਵਸ ਜਾਏਗਾ? ਮਹਾਰਾਜ ਕਹਿਣ ਲੱਗੇ ਬਜ਼ੁਰਗੋ ਅਗਰ ਗੁਰੂ ਨਾਨਕ ਸਾਹਿਬ ਜੀ ਚਾਹੁਣ ਅੱਖ ਦੇ ਫਲਕਾਰੇ ਵਿੱਚ ਦੁਨੀਆ ਸਾਜ ਸਕਦੇ ਨੇ ਤੇ ਇੱਕ ਅੱਖ ਦੇ ਫਲਕਾਰੇ ਦੇ ਵਿੱਚ ਦੁਨੀਆ ਸਮੇਟ ਵੀ ਸਕਦੇ ਨੇ। ਤੁਸੀਂ ਜਾਓ ਰਿਸ਼ਤੇਦਾਰ ਸਾਕ ਸੰਬੰਧੀ ਮਿੱਤਰ ਦੋਸਤ ਸਾਰਿਆਂ ਨੂੰ ਲੈ ਕੇ ਆਓ, ਅਸੀਂ ਨਵਾਂ ਸ਼ਹਿਰ ਤੁਹਾਡੇ ਆਉਣ ਤੋਂ ਪਹਿਲਾਂ ਬਣਾ ਦੇਵਾਂਗੇ। ਹਰਜਸ ਜੀ ਲਾਹੌਰ ਚਲੇ ਗਏ ਤੇ ਉੱਧਰ ਆਪਣੀ ਭੂਆ ਦੇ ਪੁੱਤ ਬਾਬਾ ਸੰਗੋ ਸ਼ਾਹ ਨੂੰ ਮਹਾਰਾਜ ਨੇ ਕੋਲ ਬੁਲਾਇਆ। ਸੰਗੋ ਸ਼ਾਹ ਉਹ ਜਿਹੜੀ ਜਗ੍ਹਾ ਜੋ ਦੋ ਪਹਾੜੀਆਂ ਦੇ ਵਿਚਕਾਰ ਹੈ ਉੱਥੇ ਅਸੀਂ ਨਵੀਂ ਨਗਰੀ ਵਸਾਉਣੀ ਹੈ, ਜਾ ਮਾਮਾ ਕਿਰਪਾਲ ਜੀ ਨੂੰ ਵੀ ਲੈ ਜਾ, ਕੁਝ ਦਿਹਾੜਿਆਂ ਦੇ ਅੰਦਰ ਨਵਾਂ ਨਗਰ ਵਸਾ ਦਿਓ। ਆਨੰਦਪੁਰ ਸਾਹਿਬ ਤੋਂ 11 ਕਿਲੋਮੀਟਰ ਦੀ ਵਿੱਥ ਤੇ ਬੜਾ ਸੁੰਦਰ ਸ਼ਹਿਰ ਵਸਾ ਦਿੱਤਾ ਗਿਆ। ਹੁਸ਼ਿਆਰਪੁਰ ਵਾਲੇ ਪਾਸਿਓਂ ਜਿਹੜੀ ਸੰਗਤ ਆ ਰਹੀ ਸੀ ਉਧਰ ਵੱਡਾ ਦਰਵਾਜ਼ਾ ਬਣਾਇਆ ਗਿਆ, ਉਹਦਾ ਨਾਮ ਰੱਖਿਆ ਗਿਆ ਹੁਸ਼ਿਆਰਪੁਰੀ ਦਰਵਾਜ਼ਾ। ਇੱਧਰ ਰੋਪੜ ਵਾਲਾ ਦਰਵਾਜ਼ਾ, ਕਿਤੇ ਸਰਹੰਦੀ ਗੇਟ ਜਿਹੜਾ ਉਸ ਗੁਰੂ ਕੇ ਲਾਹੌਰ ਦੇ ਵਿੱਚ ਇੱਕ ਵਾਰੀ ਚੱਲਿਆ ਜਾਂਦਾ ਸੀ ਨਾ, ਉਹਨੂੰ ਇੰਜ ਲੱਗਦਾ ਸੀ ਵੀ ਮੈਂ ਸੱਚ ਖੰਡ ਦੇ ਵਿੱਚ ਆ ਗਿਆ। ਉਹ ਸੁੰਦਰ ਸਥਾਨ ਜਿੱਥੇ ਅੱਜ ਵੀ ਬਸੰਤ ਪੰਚਮੀ ਤੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਹੈ। ਅਤਿ ਸਤਿਕਾਰਯੋਗ ਬ੍ਰਹਮ ਗਿਆਨੀ ਸੱਚਖੰਡ ਵਾਸੀ ਬਾਬਾ ਸੇਵਾ ਸਿੰਘ ਸਾਹਿਬ ਜੀ, ਉਹਨਾਂ ਨੇ ਇੱਥੇ ਸਾਰੇ ਗੁਰਧਾਮ ਬਣਾਏ। ਅੱਜ ਵੀ ਬਾਬਾ ਲਾਭ ਸਿੰਘ ਜੀ ਸੇਵਾ ਕਰਵਾਉਂਦੇ ਨੇ। ਆਏ ਸਾਲ ਜਿਹੜਾ ਜਥਾ ਵਧੀਆ ਲੱਗੇ ਉਹਦੇ ਸੀਸ ਤੇ ਫਿਰ ਦਮਾਲਾ ਸਜਾਇਆ ਜਾਂਦਾ ਜਿਵੇਂ ਛਿੰਝ ਹੁੰਦੀ ਏ, ਤੇ ਅੰਤ ਜਿਹੜਾ ਪਹਿਲਵਾਨ ਤਗੜਾ ਨਿਕਲੇ ਉਹਨੂੰ ਪਟਕਾ ਦਿੱਤਾ ਜਾਂਦਾ। ਇਸੇ ਤਰ੍ਹਾਂ ਮਹਾਂਪੁਰਖ ਵੀ ਉਹ ਬਖਸ਼ਿਸ਼ਾਂ ਦਿੰਦੇ ਨੇ, ਦਾਸ ਨੂੰ ਵੀ ਉਹ ਬਖਸ਼ਿਸ਼ਾਂ ਮਹਾਂਪੁਰਖਾਂ ਨੇ ਦੇ ਕੇ ਨਿਵਾਜਿਆ। ਲਓ ਪਿਆਰਿਓ ਉਧਰ ਗੁਰੂ ਕੇ ਲਾਹੌਰ ਦੇ ਵਿੱਚ ਹਰਜਸ ਜੀ ਲੈ ਕੇ ਆਪਣੇ ਸਾਕ ਸੰਬੰਧੀ ਮਿੱਤਰ ਦੋਸਤ ਸਾਰਿਆਂ ਨੂੰ ਪਹੁੰਚ ਗਏ ਤੇ ਉਹਨਾਂ ਉੱਥੇ ਆ ਕੇ ਨਾ ਇੱਕ ਚਿੱਠੀ ਲਿਖੀ ਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਿਰਪਾ ਕਰੋ
आप जी दा बेसबरी नाल इंतजार है। आओ जी जियो आया नू देहो दर्श सुख दाते आ मैं गल विच लहो मलाए जियो। ते उधर गुरु साहिब जी ने अपनी जंज दे विच जान वास्ते सब तो पहला केनू चिट्ठी पत्र कलिया ओने सत्कार योग ब्रह्म ज्ञानी गुरु नानक देव साहिब जी दी अंश बंस श्रीमान बाबा कलाधारी साहिब जी ओ दयालु कृपालु महापुरख जिन्हां नाल महाराज जी का बहुत प्यार सी उन्हां उन्ने तो तुरना ते महाराज ने आनंदपुर साहिब तो तुरना जिथे मिलाप हुंदा सी उत्थे गुरद्वारा गुरपला अज भी सुभायमान है। प्यारे गुरु गोबिंद सिंह जी दी जंज दे विच जाण दे लई बेदी गुरु नानक देव जी दी अंश वंश त्रेहण साहिब गुरु अंगद देव जी दी अंश वंश भल्ले साहिब गुरु अमरदास साहिब जी दी अंश वंश गुरु रामदास जी तो लैके सारी सोढ़ी आ गए। गुरु साहिब जी दी भूआ बीबी वीरो दे पंजे सूरवीर पुत्र बाबा संगोशा बाबा जीतमल बाबा गुलाब चंद बाबा गंगाराम बाबा मोहरी चंद ए पंजे पहन के शास्त्र ये भी तैयार वर तैयार होके आ गए। ते उधर गुरु जी के नानकियां दा परिवार भी आ गया। लो जी जंज तैयार है पर सतगुरु जी तुरदे नहीं। बाबा संगोशा जी कोल आ गए कहन लगे महाराज रास्ता बिखड़ा है पहाड़ी रास्ता है अपन तुरना चाहिदा। महाराज कहन लगे संगोशा तुरांगे पर साडा एक यार नहीं आया उहदे तो बिना जंज चंगी नहीं लगनी। महाराज जी की पता आवे आवे के ना आवे ते ना ही आवे। महाराज कहंदे इदां किदां ना आवे आवेगा आवेगा नहीं। ओ संगोशा वेखो आ गया सारिआं दी निगाह उधर हो गई उधर संगत तुरी आ रही है कई भगवे कपड़िया वाले आ रहे ने कई ऐन शास्त्रधारी सूरबीर शास्त्रा नाल सजे हुए आ रहे ने कोई चिट्टे कपड़िया दे विच रंगी हुई आत्मा आ रही है कोई आंदा ओ होना दूजा कहिंदा ओ होना तीजा कहिंदा ओ होना उदो शक कोई ना रह गई। जदों नीले रंग दे घोड़े ने आके महाराज दे चरणा उत्ते अपना मत्था रख दिता ओ नीले रंग दा घोड़ा जेदे करके गुरु गोविंद सिंह जी नूं नीले घोड़े वाला क्या जांदा। सतगुरां ने उस नीले नूं थापी दित्ती कहण लगे नीलिया अज ब्याह उत्ते इंतजारां करवाउणा है ओ कल नूं वरदे तीरां विच कित्थों गज्जेगा। नीले घोड़े ने भड़क मारी मानो कह रहा होवे कलगियां वालिया हो सकदा तेरे सिख ते बेदावे दे के तैनूं चले जाण पर तेरा नीला घोड़ा नहीं हुण तैनूं छड्ड के जांदा। सच है सिखां वेदावे भी दित्ते छड के भी आए ओ नीले घोड़े ने आनंदगढ़ दे किले विच प्राण त्यागे महाराज नूं छड के नहीं गया। महाराज कहिंदे लै ओ संगोशा साडा दल शंगार ए इहनूं लिया शंगार के नीला घोड़ा लियांदा गया शंगार के नीला घोड़ा नचदा टपदा कुड़कदा पुड़कदा जदों आ गया साहिब जी दे सामणे धन गुरु गोबिंद सिंह साहिब जी महाराज सुंदर दमाला सजाया होया उत्ते झिल मिल करदी कलगी लगी होई है मोढे तीरां वाला पत्था इधर लटकदी है तीन फुटी श्री साहिब धन गुरु गोबिंद सिंह जी मार के पलाकी ओए हो गए नीले घोड़े ते असवार। शायर कहिंदा चढ़ी जंज जद कलगियां वालड़े दी ओ नीला नचदा मोर पहला पाउण लगे गतका खेड दे खुशी दे बेच जंजी नाल खंडे दे खंडा खड़काउण लगे मामा मोहरा दशमेश तो वार सुटदा देवी देवते फुल बरसाउण लगे मोरा वालिया होई महान कृपा आवाजां बालड़े ग्रस्त अपनाउण लगे। गुरु गोबिंद सिंह जी दी जंज आनंदपुर साहिब तो गुरु के लाहौर आण पहुंचीए हरजस जी रिश्तेदार अगे आके महाराज जी नूं जियो आया कहने लगे पर सतगुरु कहन लगे तुसी लाहौर तो आए हो शहर विच रहण वाले हो इधर पहाड़ां विच आके कोई किसे किस्म दी तकलीफ ते नहीं होई। हरजस जी कहन लगे साहिबा ए सचमुच ही अमृत भिन्नी पाउण वाला लाहौर है कलगियां वालिया ओ जहर वाले लाहौर चों कढ के सानू अमृत वाले लाहौर दे विच लैके आए हो
आप जी का कोटान कोट धन्यवाद। महाराज सारियां नूं पुछण लगे, क्यों भाई किसे नूं कोई मुश्किल ते नहीं, कोई किसे किस्म दी इत्थे आया तकलीफ ते महसूस नहीं होई? बाकी सब चुप रहे। एक धोबी सुधा हाथ जोड़ के खड़ गया, साहिब जी एक मुश्किल है। महाराज कहन लगे ओ केड़ी? कहन लगा जी इत्थे पानी दी घाट, मैं धोबी हां। महाराज कहन लगे जे पानी दी घाट तू धोबी है ते कपड़े धो लै। कहन लगा नहीं पातशाह, मेरा कहने दा मतलब ए है कि इत्थे पानी है नहीं, पानी घट है, मैं गधे दे उत्ते कपड़े लद के पहाड़ियां दे टोबियां ते जाके कपड़े धोंदा सां। उन्हां ने मैनू वरज दिता, रोक दिता, होड़ दिता, कहिंदे नहीं धो सकदा। महाराज कहन लगे अच्छा फिर की करिए? साहिब जी तुसां दे रागी अज अमृत वेले गा रहे सन, भै विच पवन वह सद वाओ, भै विच चले लख दरियाओ। साहिब जी सारा कुछ तुसां दे भै विच है, कृपा करो आप जी जल दा चश्मा बगाओ। मैं सुनिया गुरु नानक देव जी ने भी बेअंत जल दे चश्मे बगाए ने। संगत भी कहन लग गई। महाराज कहिंदे ठीक है भाई, नीले घोड़े नूं लियाओ। दल शंगार नूं लियांदा गया, धन गुरु गोबिंद सिंह जी मार के पलाकी, फिर नीले दे उत्ते चढ़ गए। नीले घोड़े नूं लाई अड्डी, बई दगड़ 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 करदा भज्जिया नीला घोड़ा। जदों गया फरलांग दी वेथ ते, मार जिने खिचियां वागा, ओह नीला घोड़ा जो उत्ते कौतक कर रिहा, धन गुरु गोबिंद सिंह जी चढ़े नीले घोड़े दे उत्ते। ए हुण नीला जाने ते जां फिर नीले बाला जाने भी की आख्या हो। नीला घोड़ा पाउण दा पुत भज्जिया, जदों गया थोड़ी जी बिथ दे उत्ते, महाराज ने जोर नाल खिच लियां वागा, आ सीधा खड़ा हो गया नीला घोड़ा सीख भाने। जदों ऐन खड़ गया, साहिब जी ने लगामा ढिलियां छड़ियां, घोड़े ने आके पौड़ मारिया धरती दे विच। जिथे पौड़ वज्जिया उथों जल वह तुरिया, गज के आखो सतनाम श्री वाहिगुरु। उदों ही नहीं वगिया, अज भी वगदा, कोई जाके गुरु के लाहौर वेख सकदा। पर जेड़ा भी जल दी चूली भर के पींदा सी ना, उहदा मूंह बिगड़ी जांदा सी, मूंह बिंगा जा करके सतगुरां वल जदों वेखे मारे कहिंदे की होया भई, पहिलां दे सी जल दा चश्मा बगाओ, जल दा चश्मा बगिया ते मूंह बिगाड़ दे। कहन लगे पातशाह ਇਹ ਤੇ ਆਪ ਜੀ ਦੇ ਨੀਲੇ ਘੋੜੇ ਨੇ ਕਿਤਿਓਂ ਸਮੁੰਦਰੀ ਖਿੱਚ ਕੇ ਲੈ ਆਂਦਾ। ਮਹਾਰਾਜ ਕਹਿਣ ਲੱਗੇ ਕੀ ਮਤਲਬ? ਕਹਿੰਦੇ ਮਹਾਰਾਜ ਕਿਉਂਕਿ ਜਿਹੜਾ ਜਲ ਏ ਨਾ ਸਮੁੰਦਰ ਦਾ ਖਾਰਾ ਹੁੰਦਾ ਤੇ ਇਹ ਵੀ ਜਲ ਖਾਰਾ ਹੀ ਏ। ਮਹਾਰਾਜ ਕਹਿਣ ਲੱਗੇ ਫਿਰ ਹੁਣ? ਕਹਿਣ ਲੱਗੇ ਸਤਿਗੁਰੂ ਇਹ ਤੁਹਾਡੇ ਨੀਲੇ ਦੀ ਨਿਸ਼ਾਨੀ, ਹੁਣ ਆਪ ਜੀ ਆਪਣੇ ਦਸਤੇ ਮੁਬਾਰਕ ਦੇ ਨਾਲ ਕੋਈ ਨਿਸ਼ਾਨੀ ਪ੍ਰਗਟ ਕਰੋ ਜਿਹੜੀ ਤੁਹਾਡੇ ਆਨੰਦ ਕਾਰਜਾਂ ਦੀ ਯਾਦਗਾਰ ਬਣੇ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਦੀ ਨਿਸ਼ਾਨੀ ਹੈ ਕੰਧ। ਲੋਕ ਅੱਜ ਵੀ ਕੰਧ ਸਾਹਿਬ ਨੂੰ ਨਮਸਕਾਰਾਂ ਕਰਦੇ ਨੇ। ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਹੈ ਮਾਓ ਪਿੰਡ ਦੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀਆਂ ਨਿਸ਼ਾਨੀਆਂ ਵੀ ਨੇ। ਸਾਹਿਬ ਜੀ ਆਪ ਜੀ ਵੀ ਕੋਈ ਨਿਸ਼ਾਨੀ ਇੱਥੇ ਪ੍ਰਗਟ ਕਰੋ। ਇੰਨੀ ਸੁਣਦੇ ਆ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਵਿੱਚ ਫੜਿਆ ਹੈ ਕਿਰਪਾ ਵਰਸ਼ਾ। ਉਹ ਕਿਰਪਾ ਵਰਸ਼ਾ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ। ਉਲਾਰ ਕੇ ਤਾਨੂੰ ਵਰਸ਼ਾ ਮਹਾਰਾਜ ਜੀ ਨੇ ਪੜਿਆ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤਿਹਾਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ, ਘਰ ਨਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਸਿਮਰ ਕੇ ਵੱਡੇ ਸਤਿਗੁਰਾਂ ਨੂੰ ਕਰਦਾ ਵਰਸ਼ਾ ਮਾਰ ਕੇ ਪੱਥਰ ਵਿੱਚ, ਕਲਗੀਆਂ ਵਾਲੇ ਤਰਵੈਣੀ ਪ੍ਰਗਟ ਕਰਦੇ ਪਰਮਲਾ ਵਾਈ ਕੈਸੇ।
दूसरे पासे जदों साहिब जी ने तरवैणी तीर्थ बना दिता और संगत आके कहन लगी साहिब जी अमृत वेड़ा हो गया है। सुंदर शाम आने दे विच श्री ग्रंथ साहिब जी का प्रकाश है, आप जी आओ। रागी संकीर्तन करते ने महाराज जी, आनंद कारजा की रस्म होगी। आनंद कारजा की रस्म करवाउण दे लई गुरु की बंश दे विचों सारे ही चाहते सन, बेदी चाहते सन के साडे हिस्से आवे भी लावा दसवें महाराज जी दियां असी पढ़ीए, त्रेहण चाहते सन असी पढ़ीए, भले चाहते सी असी पढ़ीए, सोढ़ी चाहते सी असी पढ़ीए। पर इतिहासकार लिखते ने कई ते लिखिया यह मान बाबा रूप चंद जी नूं दिता गया, कई कहिंदे यह मान बाबा राम कोइर जी दे हिस्से आया। मुक दी गल साहिब जी दा आनंद कारज माता जीतो जी दे नाल जदों संपन्न हो गया, उत्थे ढाडियां ने ढड्डां दियां टुनकारां पा पा के खुशियां दे नगमे गाए। मीर शमीर मीर मुश्की उस वेले दे प्रसिद्ध ढाडी सन, और उत्थे कवियां ने चोणवीआं रचनावां अपनियां पढ़ियां। कलगियां वाले ने आप अपने आनंद कारजां दे उत्ते प्यार दे वचन आखे, जो साहिब जी दे दस्ते मुबारक दे नाल लिखे होए श्री दसम ग्रंथ साहिब जी दे विच सुभाए मान ने। जदों साहिब जी दा आनंद कारज माता जीतो जी दे नाल हो गया, माता जीतो जी अपनियां सखियां सहेलियां दे कोल मुड़ के गई है, खुशी दे विच प्यार दे अंदर भिज्जी हुई। ओ महान माता जीतो, रब्बी रंगण दे विच रंगी हुई मां जीतो अपनियां सहेलियां नूं कह रही सी, अड़ियो ने मैनूं वधाइयां दिओ, इस करके नहीं कि मेरा आनंद कारज हो गया, इस गल दियां कि मैनू कलगियां वाले ने अपने चरणां दी दासी बना लिया है। नी अड़ियो अज मैं सुभागी, अज बेड़ा है सुभागा मेरा, आवो नी बहारो मेरे बाग विच आवो, अज कोयलो ते बुलबुलो बिछोड़े दे तराने छड्डो, सोहणे गीत दिलां दे मिलाप वाले गावो अज, चा सारे ला लवो सहेलियो नी गीत गा गा। अड़ियो अथरू ना केरो सगो खुशियां मनावो अज, मापियो वे बच्ची तुहाडी चली घर अपने नू, खुश होवो आप ते मैनू भी हसावो अज। जदों पछां मुड़ के वेखिया पिता हरजस जी नेत्रां दे विच प्यार दे हंझू भर के खड़े सन, गल दे नाल लग गई है, गलवक्कड़ी पा के कहन लगी बाबला वैरागी ना हो, मैं चली घरे अपने बाबला, सुखी वसे घरवार तेरा, एदा ही जुग जुग रहे महकदा एक कलियां दा हार तेरा, मैं तेरे राज च राज मानिया भला करे करतार तेरा, तीनू तोर असीसां दे के जस गावे संसार तेरा,
ਕਹਿੰਦੀ ਕੋਮਲ ਮੈਂ ਪਰਦੇਸਣ ਹੋਈ, ਬਾਬਲਾ ਵਸਦਾ ਰਹੇ ਦੁਆਰ ਤੇਰਾ। ਪਿਆਰਿਓ ਇਹ ਸੱਚ ਹੈ, ਇਸਤਰੀ ਜਾਤੀ ਦਾ ਮਰਦ ਜਾਤ ਕਦੇ ਦੇਣ ਨਹੀਂ ਦੇ ਸਕਦੀ, ਮਹਾਨ ਹੈ ਇਸਤਰੀ। ਵੇਖੋ ਬੱਚੀ ਦਾ ਜਨਮ ਹੁੰਦਾ ਤੇ ਪਹਿਲਾਂ ਆਪਣੇ ਪਿਤਾ ਦੀ ਸੇਵਾ ਵਿੱਚ ਰਹਿੰਦੀ ਹੈ, ਫਿਰ ਵਿਆਹੀ ਜਾਂਦੀ ਹੈ, ਫਿਰ ਆਪਣੇ ਪਤੀ ਦੀ ਸੇਵਾ ਕਰਦੀ ਹੈ, ਫਿਰ ਪੁੱਤਰ ਹੋ ਜਾਂਦਾ, ਬੱਚਾ ਹੋ ਜਾਂਦਾ। ਉਹਨਾਂ ਬੱਚਿਆਂ ਨੂੰ ਦੁੱਖ ਸਹਿ ਕੇ, ਤਕਲੀਫਾਂ ਸਹਿ ਕੇ ਪਹਿਲਾਂ ਜਨਮ ਦਿੰਦੀ ਹੈ, ਫਿਰ ਉਹਨਾਂ ਬੱਚਿਆਂ ਦੇ ਨਾਲ ਨਿਭਾਉਂਦੀ ਹੈ। ਉਹ ਮਾਂ ਤੈਨੂੰ ਲੱਖ ਵਾਰੀ ਮੇਰੀ ਪ੍ਰਣਾਮ ਹੈ। ਯਾਦ ਰੱਖਿਓ, ਜੇ ਨਾ ਹੁੰਦੀਆਂ ਜੱਗ ਵਿੱਚ ਧੀਆਂ, ਵਸਦਾ ਇਹ ਸੰਸਾਰ ਨਾ ਹੁੰਦਾ। ਉਹ ਜੇ ਨਾ ਹੁੰਦੀਆਂ ਜੱਗ ਵਿੱਚ ਭੈਣਾਂ, ਵੀਰਾਂ ਦੇ ਵਿੱਚ ਪਿਆਰ ਨਾ ਹੁੰਦਾ। ਜੇ ਨਾ ਹੁੰਦੀ ਮਾਤਾ ਗੁਜਰੀ, ਆਓ ਸਤਿਗੁਰ ਕਲਗੀ ਧਾਰ ਨਾ ਹੁੰਦਾ। ਹਰਾ ਹੈਦਰੀ ਝੁਲਦਾ ਸਾਰੇ ਜੇ ਨੀਲੇ ਦਾ ਅਸਵਾਰ ਨਾ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਆਨੰਦ ਕਾਰਜ ਹੋਣ ਤੋਂ ਉਪਰੰਤ ਮਾਤਾ ਜੀਤੋ ਜੀ ਆਨੰਦਪੁਰ ਸਾਹਿਬ ਆਏ। ਮਾਤਾ ਗੁਜਰੀ ਨੇ, ਇਤਿਹਾਸਕਾਰ ਲਿਖਦੇ, ਪਾਣੀ ਵਾਰ ਵਾਰ ਪੀਤਾ, ਬਲਾਈ ਦੁੱਖ ਦਰਿੱਦਰ। ਮਾਨੋ ਜਿਵੇਂ ਮਾਂ ਪਾਣੀ ਵਾਰ ਕੇ ਨਹੀਂ ਪੀਂਦੀ, ਇਹ ਕਹਿੰਦੀ ਗਈ ਇਹਨਾਂ ਦੇ ਦੁੱਖ ਸਾਰੇ ਮੈਂ ਘੋਲ ਕੇ ਪੀ ਜਾ ਤੇ ਇਹਨਾਂ ਨੂੰ ਸਾਰੇ ਸੁੱਖ ਮਿਲਣ। ਵਡਭਾਗੀਆਂ ਜੋੜੀਆਂ ਨੇ ਜਿਹੜੇ ਇੱਕ ਦੂਜੇ ਦਾ ਸਤਿਕਾਰ ਕਰਦੇ ਨੇ, ਇੱਕ ਦੂਜੇ ਤੇ ਐਤਵਾਰ ਕਰਦੇ ਨੇ, ਉਹਨਾਂ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਸੀਸ ਦਿੰਦੇ ਨੇ। ਸਾਹਿਬ ਜੀ ਕਹਿੰਦੇ ਨੇ, ਗਾਵਤ ਗੀਤ ਬਜਾਵਤ ਤਾਲ ਦੇ ਵਾਪਤ ਆਪਤ ਨਾਗਰ ਨਾਰੀ, ਭੇਰ ਹਜ਼ਾਰ ਬੱਜੇ ਇੱਕ ਵਾਰ, ਮਹਾਂ ਸ਼ਬ ਯਾਰ ਹੱਸੇ ਮਿਲ ਨਾਰੀ, ਢੋਲ ਮਰਦੰਗ ਬੱਜੇ ਸਭ ਹੀ ਘਰ, ਜਿਉਂ ਪਰਿਆਜ ਕੁਲਾਹਲ ਭਾਰੀ, ਦੇਹ ਅਸੀਸ ਕਹਿ ਜਗਦੀਸ਼, ਇਹ ਜੋੜੀ ਜੀਵੈ ਜੁਗ ਚਾਰ ਤਿਹਾਰੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਧੰਨ ਪਿਰ ਇਹ ਨਾ ਆਖੀਐ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਐ ਸੋਏ। ਪਤੀ ਇਸਤਰੀ ਉਹਨਾਂ ਨੂੰ ਆਖਦੇ ਨੇ, ਪਿਆ ਜਿਨ੍ਹਾਂ ਦਾ ਕਦੀ ਨਾ ਫਿੱਕ ਹੋਵੇ, ਉਹ ਦੋਹਾਂ ਦਿਲਾਂ ਚੋਂ ਪਿਆਰ ਦੀ ਬਹਿ ਗੰਗਾ, ਇੱਕ ਦੂਸਰੇ ਤੋਂ ਰਿਹਾ ਵਿੱਕ ਹੋਵੇ। ਚੱਕਵੀ ਚੱਕਵੇ ਦੇ ਬਾਂਗਰਾਂ ਦਿਲਾਂ ਅੰਦਰ ਇੱਕ ਦੂਜੇ ਦੇ ਮਿਲਣ ਦੀ ਸਿੱਕ ਹੋਵੇ। ਬਾਹਰੋਂ ਬੁੱਤ ਦੋ ਕੋਮਲਾ ਦਿਸਣ ਭਾਵੇਂ, ਪਰ ਜੋਤ ਦੋਹਾਂ ਦੀ ਅੰਦਰੋਂ ਇੱਕ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ। ਅੰਤ ਵਿੱਚ ਬਬਲੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਦਾ ਸਾਥ ਦਿੰਦੇ ਨੇ ਵੀਰ ਜਰਨੈਲ ਸਿੰਘ ਜੀ ਗਿੱਲ, ਪਿੰਡ ਪਿਰੋਜ਼ਵਾਲ, ਸਰੰਗੀ ਮਾਸਟਰ ਵੀਰ ਢਾਡੀ ਗੁਰਜੀਤ ਸਿੰਘ ਜੀ ਗੌਰੀ, ਪਿੰਡ ਜਾਂਗਲਾ। ਇਧਰ ਵੀਰ ਜਸਵੰਤ ਸਿੰਘ ਜੀ ਕਵਲ, ਪਿੰਡ ਸਰੀ, ਤੇ ਤਬਲਾ ਮਾਸਟਰ ਕ੍ਰਾਂਤੀ ਵੀਰ ਸਿੰਘ ਜੀ ਚੱਕ ਦੇਸ ਰਾਜ ਤੋਂ, ਦਾਸ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ। ਆਪ ਜੀ ਦੇ ਖੁਸ਼ੇ ਚਾਹੁੰਦੇ ਹਾਂ ਜੀ, ਬਖਸ਼ੋ ਖੁਸ਼ੇ, ਰੱਖੋ ਸਿਰ ਤੇ ਹੱਥ, ਭੁੱਲਾਂ ਚੁੱਕਾਂ ਨਾ ਚਾਰਦੇ ਹੋਏ ਫਤਿਹ ਦਾ ਸਿਮਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।